ਕੌੜਾ ਸਾਹਿਬ ਨੇ ਸਾਰੀ ਜ਼ਿੰਦਗੀ ਆਪਣੀ ਟੌੜੇ ਪਿੰਡ 'ਚ ਲਾਈ ਹੈ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਾਈ ਹੈ, ਜਾਂ ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਜਨਮ ਭੂਮੀ ਹੈ ਟੌੜਾ ਪਿੰਡ ਦੀ ਹੈ, ਜਿਹੜੀ ਕਰਮ ਭੂਮੀ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਜਾਂ ਅੰਮ੍ਰਿਤ ਸਾਹਿਬ ਬਣਾਉਣੀ ਚਾਹੀਦੀ ਹੈ ਜਾਂ ਤਰੌੜ ਪਿੰਡ ਬਣਾਉਣੀ ਚਾਹੀਦੀ ਹੈ। ਕਦੇ ਵੀ ਟੌੜਾ ਸਾਹਿਬ ਇਹ ਨਹੀਂ ਹੋਇਆ ਵੀ ਪਟਿਆਲੇ ਜਾ ਕੇ ਰਹਿਣ ਲੱਗ ਗਏ, ਹੁਣ ਕਿਤੇ ਜਾ ਕੇ ਹੋਰ ਰਹਿਣ ਲੱਗ ਗਏ, ਹੁਣ ਰਾਤ ਨੂੰ ਚਾਹੇ 12 ਵਜੇ ਆਉਣ 1 ਵਜੇ ਆਉਣ, ਪਰ ਉਹਨਾਂ ਨੇ ਫਿਰ ਪਿੰਡ ਆਉਂਦਾ ਅਤੇ ਉਹੀ ਬਾਲਿਆਂ ਵਾਲਾ ਘਰ ਅੱਜ ਵੀ ਹੈ। ਕਦੇ ਪੈਸੇ ਦੇ ਲਾਲਚ 'ਚ ਨਹੀਂ ਆਏ ਹਨ ਅਤੇ ਉਹੀ ਬਾਲਿਆਂ ਵਾਲਾ ਘਰ ਅੱਜ ਵੀ ਹੈ। ਕਦੇ ਪੈਸੇ ਦੇ ਲਾਲਚ 'ਚ ਨਹੀਂ ਆਏ ਹਨ। ਮੇਰਾ ਖਿਆਲ ਹੈ ਕਿੰਨੇ ਕੁ ਲੋਕ ਹੋਣਗੇ ਇਹੋ ਜਿਹੜੇ ਇੰਨੀ ਇਮਾਨਦਾਰੀ ਅਤੇ ਇੰਨੀ ਦਿਆਨਦਾਰੀ ਦੇ ਨਾਲ, ਕਈ ਉਹਨਾਂ ਦੇ ਉੱਤੇ ਹੀ ਮੈਂ ਦੱਸਿਆ ਕਿ ਕਈ ਬੰਦੇ ਗੱਲ ਕਰਦੇ ਰਹੇ ਕਿ ਜੀ ਲਓ ਜੀ ਇਹ ਵੀ ਕਾਂਗਰਸ ਜੀ ਵਿਰਾਗੇ ਜੀ ਆ ਹੋ ਗਏ, ਵੀ ਸਾਡੇ ਦੇ ਵਿੱਚ ਕਿਹਾ ਜਾਂਦਾ ਕਿ ਜੀ BJP ਆਏ ਨੇ। ਸੋ ਕਹਿਣ ਅਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ। ਇਹ ਕਦੋਂ ਕਹਿੰਦੇ ਵੀ ਨਿਸ਼ਚਿਤ ਕਰੂਗੀ ਸਮਝੌਤਾ, ਕੋਈ ਹਾਲਾਤ ਦੀ ਗੱਲ ਹੁੰਦੀ ਹੈ, ਟਾਈਮ ਦੀ ਗੱਲ ਹੁੰਦੀ ਹੈ। ਅੱਜ ਜੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਗਏ ਹਾਂ, ਇੱਦਾਂ ਮਤਲਬ ਸਾਨੂੰ BJP ਲੈ ਗਈ ਹੈ। ਜਿਹੜੇ BJP ਦੇ ਨਾਲ ਰਹੇ ਸਾਰੀ ਜ਼ਿੰਦਗੀ, ਮੰਤਰੀ ਵੀ ਰਹੇ, ਔਰ ਅਣਸਰਦੇ ਨੂੰ ਸਮਝੌਤਾ ਕੈਂਸਲ ਕੀਤਾ, ਅੱਜ ਉਹ ਗੱਲ ਕਹਿਣ, ਕੋਈ ਹੋਰ ਤਾਂ ਗੱਲ ਕਹਿ ਦੇਵੇ ਤਾਂ ਠੀਕ ਹੈ, ਪਰ ਇਹ ਗੱਲਾਂ ਕਹਿਣੀਆਂ ਇਹ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਨੇ। ਡੇਰਾ ਸਰਸਾ ਦੀ ਮਾਫ਼ੀ ਦੇ ਵੀ ਮੇਰਾ ਖਿਆਲ ਹੈ ਵੀ ਕਿਸੇ ਪੰਥ ਦੇ ਇੱਕ ਬੰਦੇ ਨੂੰ ਵੀ ਪਤਾ ਨਹੀਂ ਹੋਣਾ, ਸਾਹ ਸੁਖਬੀਰ ਸਿੰਘ ਬਾਦਲ ਜਾਂ ਵੱਡੇ ਬਾਦ ਸਾਹਿਬ, ਉਹਨਾਂ ਨੇ ਜਦੋਂ ਆਪਾਂ ਦੇਖੇ ਹੀ ਹੈ ਜਥੇਦਾਰ ਸਾਹਿਬ ਤੋਂ ਵੱਡੀ ਗੱਲ ਸਾਡੇ ਲਈ ਕੋਈ ਹੈ ਨਹੀਂ। ਸ਼੍ਰੀ ਹਰਿਮੰਦਰ ਸਾਹਿਬ ਸਭ ਤੋਂ ਵੱਡੀ ਗੱਲ ਹੈ, ਉਹ ਤੋਂ ਬਾਅਦ ਜਥੇਦਾਰ ਸਾਹਿਬ ਆ ਜਾਂਦੇ ਨੇ। ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਸਾਨੂੰ CM ਹਾਊਸ ਦੇ ਵਿੱਚ ਬੁਲਾਇਆ, ਅਸੀਂ ਕਿਹਾ ਕਿ ਤੁਸੀਂ ਸਾਨੂੰ ਤਲਬ ਕੀਤਾ, ਸਾਨੂੰ ਬੁਲਾਇਆ ਨਹੀਂ ਹੈ, ਅਤੇ ਸਾਨੂੰ ਹੁਕਮਨਾਮਾ ਜਾਰੀ ਕਰਤਾ ਕਿ ਵੀ ਆਹ ਚਿੱਠੀ ਲਓ, ਚਿੱਠੀ ਹਿੰਦੀ ਸੀ ਅਤੇ ਇਹ ਆਪਾਂ ਮਾਫ਼ੀ ਕਰਨੀ ਹੈ। ਅਤੇ ਫਿਰ ਸਾਡੇ ਕੋਲ ਉੱਥੇ ਗਏ, ਉੱਥੇ ਜਾ ਕੇ ਉਹਦੀ ਟ੍ਰਾਂਸਲੇਸ਼ਨ ਕੀਤੀ, ਫਿਰ ਮਾਫ਼ੀ ਲਫ਼ਜ਼ ਨਹੀਂ ਸੀ ਲਿਖਿਆ, ਫਿਰ ਉਹ ਮਾਫ਼ੀ ਲਫ਼ਜ਼ ਲਿਖਿਆ ਗਿਆ। ਸੋ ਆਪਾਂ ਸੁਣਿਆ ਹੀ ਹੈ, ਜਿੰਨਾ ਮੈਂ ਸੁਣਿਆ ਉਨਾ ਤੁਸੀਂ ਸੁਣਿਆ, ਅਤੇ ਇਸ ਗੱਲ ਦਾ ਜਿੰਨੀਆਂ ਵੀ ਇਹ ਗੱਲਾਂ ਨੇ, ਕੋਈ ਬੰਦਾ ਵੀ ਕੋਈ ਕੈਬਨਿਟ ਮੰਤਰੀ ਕਹਿ ਦੇਵੇ ਕਿ ਕਿਸੇ ਦੀ ਇਨਵੋਲਵਮੈਂਟ ਹੋਵੇ, ਚਾਹੇ ਮਾਫ਼ੀ ਦੀ ਗੱਲ ਸੀ, ਜ਼ਾਹਿਰ ਕੀਤਾ ਉਹਨੇ ਉਸ ਟਾਈਮ ਵਿਰੋਧ, ਹਾਂ ਅਸੀਂ ਇਹ ਲਿਖ ਕੇ ਦਿੱਤਾ ਹੈ ਕਿ ਉਦੋਂ ਅਸੀਂ ਬਾਹਰ ਨਿਕਲ ਕੇ ਵਿਰੋਧ ਨਹੀਂ ਕੀਤਾ, ਅੰਦਰ ਵਿਰੋਧ ਕਰਦੇ ਰਹੇ ਹਾਂ, ਅੰਦਰ ਪੂਰਾ ਵਿਰੋਧ ਕਰਦੇ ਰਹੇ ਹਾਂ। ਸਾਡੇ ਬੰਦਾ ਇਹ ਕਹਿੰਦੇ ਸੀ ਵੀ ਅਕਾਲੀ ਦਲ ਦਾ ਭੱਠਾ ਬੈਠ ਗਿਆ, ਹੁਣ ਜਿਹੜੀ ਮਾਫ਼ੀ ਦਿੱਤੀ ਹੈ ਇਹਦੇ ਨਾਲ ਅਕਾਲੀ ਦਲ ਦਾ ਭੱਠਾ ਬੈਠ ਗਿਆ, ਪਰ ਉਦੋਂ ਵੱਡੀ ਗੱਲ ਇਹ ਸੀ ਕਿ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ, ਉਹ ਤੋਂ ਬਾਅਦ ਉਹਨਾਂ ਨੇ ਲਿਖ ਕੇ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਰਕਾ ਵਰਕਾ ਪਾੜ ਕੇ ਸਿੱਟਾਂਗੇ। ਉਹ ਇਦੋਂ ਮਾੜੀ ਗੱਲ ਕਿਸੇ, ਅਸੀਂ ਉਹਨਾਂ ਬੰਦੇ ਦਾ ਕੁਛ ਵੀ ਨਹੀਂ ਵਿਗਾੜ ਸਕਦੇ, ਪਰ ਉਹ ਕਿਸੇ ਨਾਲ ਸਲਾਹ ਨਹੀਂ ਕੀਤੀ, ਅਸੀਂ ਬੜੀ ਲੜਾਈ ਲੜੀ ਉਹਦੀ ਖਾਤਰ, ਪਰ ਨਹੀਂ ਸੁਣ ਸੁਣਵਾਈ ਹੋਈ। ਸੋ ਸ਼ਤਾਬਦੀ ਉਹਨਾਂ ਦੇ ਜੱਦੀ ਪਿੰਡ ਟੌੜਾ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਸਮੂਹ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਟੌੜਾ ਸਾਹਿਬ ਇੱਕ ਬਹੁਤ ਮਹਾਨ ਪੰਥ ਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ, ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਆਪਣਾ ਬੜਾ ਵਡਮੁੱਲਾ ਯੋਗਦਾਨ ਪਾਇਆ, ਬੜੇ ਔਖੇ ਦੌਰਾਂ 'ਚੋਂ ਵੀ ਨਿਕਲੇ, ਪਰ ਲੇਕਿਨ ਟੌੜਾ ਸਾਹਿਬ ਨੇ ਸਦਾ ਹੀ ਸਿਧਾਂਤ ਦੀ, ਵਿਚਾਰਧਾਰਾ ਦੀ ਅਤੇ ਅਸੂਲਾਂ ਦੀ ਰਾਜਨੀਤੀ ਕੀਤੀ ਉਹਨਾਂ ਨੇ। ਅੱਜ ਸਾਰਾ ਸਿੱਖ ਜਗਤ, ਸਿੱਖ ਪੰਥ, ਗੁਰੂ ਨਾਨਕ ਨਾਮ ਲੇਵਾ ਸੰਗਤ, ਜਾਂ ਕਹਿ ਸਕਦੇ ਹਾਂ ਸਾਰੇ ਪੰਜਾਬੀ ਟੌੜਾ ਸਾਹਿਬ ਨੂੰ ਯਾਦ ਕਰ ਰਹੇ ਆ। ਕੀ ਕਾਰਨ ਇਹਦੇ ਪਿੱਛੇ? ਉਹ ਚਲੋ ਇਹ ਤਾਂ ਛੱਡੋ, ਵੱਖ ਵੱਖ ਤਾਂ ਕਿਹੜੀ ਗੱਲ ਹੈ ਜੀ, ਆਹ ਜੱਦੀ ਪਿੰਡ ਆ, ਇਹ ਆਪਣੇ ਸਾਰ ਮੇਲ ਸੂੰ ਖੜ੍ਹੇ ਆ, ਪਰਿਵਾਰ ਇੱਥੇ ਹੈਗਾ ਆ, ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਜੇ ਤਾਂ ਇੱਥੇ ਆਉਂਦੇ ਤਾਂ ਉਹਨਾਂ ਦੀ ਸ਼ਾਨ ਵਧਣੀ ਸੀ। ਸੱਦਾ ਤਾਂ ਸਾਰਿਆਂ ਨੂੰ ਦਿੱਤਾ ਹੀ ਹੈ ਜੀ,
ਸੱਦਾ ਤਾਂ ਖੁੱਲ੍ਹਾ ਹੁੰਦਾ ਆ। ਸਿੰਘ ਸਭਾਨਾ ਨੂੰ ਸੱਦਾ ਦਿੱਤਾ, ਸਮੁੱਚੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸੱਦਾ ਗਿਆ, ਧਾਮੀ ਸਾਹਿਬ ਨੂੰ ਵੀ ਪਤਾ ਹੈ, ਧਾਮੀ ਸਾਹਿਬ ਬਹੁਤ ਨੇੜੇ ਰਹੇ ਆ ਟੋੜਾ ਸਾਹਿਬ ਦੇ। ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਤੌਰ 'ਤੇ ਮਨਾਉਣਾ ਸੀ ਉਹਨਾਂ ਦਾ ਇਹ ਸ਼ਤਾਬਦੀ ਦਾ ਸਮਾਗਮ, ਉਹਨਾਂ ਨੂੰ ਚਾਹੀਦਾ ਸੀ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਮਨਾਉਂਦੇ, ਅੱਜ ਨਾ ਮਨਾਉਂਦੇ। ਅੱਜ ਦੇਖੋ ਪਿੰਡ ਟੌੜਾ ਦੀ ਅਨਾਜ ਮੰਡੀ ਦੇ ਵਿੱਚ, ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ 'ਤੇ ਇਕੱਠ ਆ, ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ, ਉੱਥੇ ਪੰਥਕ ਏਕਤਾ ਲਈ ਵੀ ਰਾਹ ਪੱਧਰਾ ਕਰੇਗਾ। ਕਿਉਂਕਿ ਜਿੰਨੇ ਪੰਥ ਪ੍ਰਸਤ ਨੇ, ਪੰਥਕ ਧਿਰਾਂ ਨੇ, ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਲੋਕ ਨੇ, ਉਹ ਅੱਜ ਟੌੜਾ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ, ਜਨਮ ਭੋਏ ਆ, ਉੱਥੇ ਹੀ ਸੌ ਸਮਾਂ ਜਨਮਦਿਨ ਉਹਨਾਂ ਦਾ ਮਨਾਇਆ ਜਾਵੇ। ਪਰ ਅਫਸੋਸ ਆ ਕਿ ਕੁਛ ਲੋਕ ਇਹਨੂੰ ਤਾਰ ਪਿੱਡੋ ਕਰਨ ਲਈ ਰਸਤੇ ਦੇ ਵਿੱਚ ਹੀ ਹੋਰ ਮਨਾਉਣ ਦਾ ਪ੍ਰੋਗਰਾਮ ਉਲੀਕ ਕੇ ਖੜ੍ਹ ਗਏ, ਜਿਹਦੇ ਨਾਲ ਗਲਤ ਮੈਸੇਜ ਆ ਰਿਹਾ। ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਆ, ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ। ਜਿਹੜੇ ਲੋਕ ਟੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ, ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਤੜਫਾਉਣਗੇ। ਸੋ ਅੱਜ ਬਣਦਾ ਤਾਂ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ, ਬਲਕਿ ਪਿੰਡ ਪਰਿਵਾਰ ਵਾਲਿਆਂ ਨੇ, ਨਗਰ ਵਾਲਿਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੌੜੇ ਦੀ ਅਨਾਜ ਮੰਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ, ਉਹਨਾਂ ਦੇ ਜਨਮ ਥਾਂ 'ਤੇ ਹੀ ਪ੍ਰੋਗਰਾਮ ਰੱਖਿਆ ਜਾਵੇ, ਤਾਂ ਉਹਨੂੰ ਤਾਰ ਪਿੱਡੋ ਨਹੀਂ ਸੀ ਕਰਨਾ ਬਣਦਾ ਜਿਹੜਾ ਕਰਿਆ ਗਿਆ। ਪਾਰਟੀਆਂ ਦੇ ਜਿਹੜੇ ਆਗੂ ਕਹਿੰਦੇ ਨੇ ਵੀ ਪੰਥ ਨੂੰ ਨੁਕਸਾਨ ਆ ਜੇਕਰ ਅਕਾਲੀ ਦਲ ਕਮਜ਼ੋਰ ਹੁੰਦਾ, ਕੀ ਲੱਗਦਾ ਵੀ ਤੁਹਾਡੀ ਲੜਾਈ ਨਾਲ ਅਕਾਲੀ ਦਲ ਕਮਜ਼ੋਰ, ਪੰਥ ਨੂੰ ਨੁਕਸਾਨ ਨਹੀਂ ਹੋ ਰਿਹਾ ਸਿੱਧਾ? ਦੇਖੋ, ਸਾਡਾ ਤਾਂ ਯਤਨ ਹੈ ਅਕਾਲੀ ਦਲ ਨੂੰ ਤਕੜਾ ਕਰਨ ਦਾ, ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ, ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਤਾਕਤਵਰ ਹੋ ਕੇ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਆਵੇ। ਮੈਂ ਸਮਝਦਾ ਕਿ ਜੇ ਇਹਨੂੰ ਇਸ ਤਰ੍ਹਾਂ ਜਿਵੇਂ ਅੱਜ ਇਹ ਸਮਾਗਮ ਦੋ ਰੱਖੇ ਆ, ਇਹਦੇ ਨਾਲ ਮੈਂ ਸਮਝਦਾ ਨੁਕਸਾਨ ਹੋਇਆ ਕਿਤੇ ਨਾ ਕਿਤੇ। ਤੁਸੀਂ ਸੱਦਾ ਪੱਤਰ ਦਿੱਤਾ ਉਹਨਾਂ ਨੂੰ? ਅਸੀਂ ਬੜਾ ਖੁੱਲ੍ਹਾ ਸੱਦਾ ਦਿੱਤਾ, ਅਸੀਂ ਅਪੀਲ ਵੀ ਕੀਤੀ ਆ, ਅਸੀਂ ਮਤਲਬ ਚਿੱਠੀਆਂ ਵੀ ਭੇਜੀਆਂ ਨੇ, ਮਤਲਬ ਪਰਿਵਾਰ ਵੱਲੋਂ ਵੀ ਭੇਜਿਆ, ਪਿੰਡ ਵੱਲੋਂ ਵੀ ਭੇਜਿਆ ਗਿਆ। ਪ੍ਰੋਫੈਸਰ ਸਾਹਿਬ, ਤੁਸੀਂ ਜਦੋਂ ਡੇਰਾ ਸਾਹਿਬ ਨੂੰ ਮਾਫ਼ੀ ਦਿੱਤੀ, ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ, ਮੀਡੀਆ 'ਚ ਕਿਉਂ ਨਹੀਂ ਆਏ ਜਦੋਂ ਹੁਣ ਜਿਹੜਾ ਵਿਰੋਧ ਹੋਇਆ, ਕਹਿੰਦੇ ਨਿੱਜੀ ਹਿੱਤ? ਦੇਖੋ, ਨਿੱਜੀ ਹਿੱਤਾਂ ਕਰਕੇ ਸਾਡਾ ਨਿੱਜੀ ਹਿੱਤ ਕੀ ਆ? ਅਸੀਂ ਤਾਂ ਸਗੋਂ ਅਸੀਂ ਤਾਂ ਬਲਕਿ ਕਹਿੰਦੇ ਹਾਂ ਵੀ ਜੇ ਨੁਕਸਾਨ ਹੋਇਆ, ਜਿਹੜੀ ਗੱਲ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮੰਨ ਕੇ ਆਏ ਹਾਂ, ਉਹੀ ਗੱਲ ਜਾਇਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ 'ਤੇ ਖੜ ਕੇ ਪੰਥ ਸਿੰਘ ਸਾਹਿਬਾਨਾਂ ਦੀ ਹਾਜ਼ਰੀ 'ਚ ਕਹੀ ਆ। ਪਰ ਜੇ ਅਸੀਂ ਗਲਤ ਹੁੰਦੇ ਤਾਂ ਜਹੇਦਾ ਸਾਹਿਬਾਨ ਸਾਡੀ ਉਸ ਗੱਲ ਨੂੰ ਕਿਉਂ ਪ੍ਰਵਾਨ ਕਰਦੇ? ਤੁਸੀਂ ਵੀ ਗਲਤੀ ਮੰਨਦੇ ਹੋ ਡੇਰਾ ਸਾਹਿਬ ਨੂੰ ਮਾਫ਼ੀ ਦੇਣ ਦੇ ਵਿੱਚ, ਜਿਸ ਤਰ੍ਹਾਂ ਕੁਦਰਤੀ ਤੌਰ 'ਤੇ ਅਸੀਂ ਤਾਂ ਉਦੋਂ ਸਾਰੇ ਪੰਥ ਨੇ ਗਲਤੀ ਮੰਨੀ ਸੀ, ਤਾਂ ਹੀ ਤਾਂ ਵਾਪਸ ਲਈ ਸੀ ਉਹਦੀ ਮਾਫ਼ੀ। ਖੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਾਨਯੋਗ ਜਹੇਦਾ ਟੌੜਾ ਸਾਹਿਬ ਦੀ ਮਨਾਈ ਜਾ ਰਹੀ ਹੈ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ, ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਪ੍ਰੇਰਨਾਵਾਂ ਲੈਂਦਾ। ਜਿਹਦਾ ਟੌੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ, ਉਹ ਇੱਕ ਐਸੀ ਸ਼ਖਸੀਅਤ ਸੀ ਜਿਹਨੇ ਅਕਾਲ ਪੁਰਖ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਅੱਜ ਦੀ ਜਿਹੜੀ ਰਾਜਨੀਤੀ ਹੈ, ਅੱਜ ਦੀ ਜਿਹੜੀ ਪੰਥਕ ਸੋਚ ਹੈ, ਉਹਨੂੰ ਇਸ ਗੱਲ ਵਾਸਤੇ ਦ੍ਰਿੜਤਾ ਨੂੰ ਤੁਰਨਾ ਚਾਹੀਦਾ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਨਾ ਵਿੱਚ ਲੈ ਕੇ ਚੱਲੀ। ਸ਼੍ਰੋਮਣੀ ਕਮੇਟੀ ਵੱਖ ਕਿਉਂ ਮਨਾ ਰਹੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ? ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਸਾਰੀ ਇਕੱਠੀ ਅਸੀਂ ਮਨਾ ਰਹੇ ਹਾਂ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਵੀ ਜੇ ਉਹ ਸਮਝਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ 27 ਸਾਲ ਜਿਹੜੇ ਰਹੇ ਹੈ, ਅਤੇ ਉਹਦੇ ਪਿੰਡ ਵਿੱਚ ਆ ਕੇ ਸਾਨੂੰ ਸਤਿਕਾਰ ਦੇਣਾ ਚਾਹੀਦਾ ਸੀਗਾ। ਉਹ ਆਪਣੇ ਵੱਲੋਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 'ਚ ਜੇ ਮਨਾ ਰਹੇ ਹੈ,
ਕੇਵਲ ਮੁਲਾਜ਼ਮਾਂ ਨੂੰ ਇਕੱਠੇ ਕਰਕੇ, ਕੇਵਲ ਸਕੂਲਾਂ ਕਾਲਜਾਂ ਦੇ ਸਟਾਫ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਰ ਰਹੇ ਆ, ਪਰ ਨਹੀਂ ਸੀ ਕਰਨਾ ਚਾਹੀਦਾ। ਅਸੀਂ ਸਭ ਨੂੰ ਸੱਦਾ ਦਿੱਤਾ, ਸਭਨਾਂ ਨੂੰ ਕਿਹਾ ਕਿ ਇੱਥੇ ਪਹੁੰਚੋ, ਪਤਾ ਹੋਏਗਾ ਜੀ ਮੈਂ ਕੀ ਕਹਿ ਸਕਦੀ। ਪੰਥ ਹੈ ਇਕੱਠਾ, ਉਹਦੇ ਵਿੱਚੋਂ ਵੱਖਰੀ ਸੋਚ ਦੇ ਲੋਕ ਵੱਖਰੇ ਹੋ ਸਕਦੇ ਆ, ਕਦੀ ਪੰਥ ਦੁਫੇੜ ਨਹੀਂ ਹੋ ਸਕਦਾ। ਸੁਖਬੀਰ ਬਾਦਲ ਤਾਂ ਇਕੱਠੇ ਕਰ ਸਕਦੇ ਸੀ ਸਾਰਿਆਂ ਨੂੰ। ਸੁਖਬੀਰ ਸਿੰਘ ਬਾਦਲ ਤੇ ਇਸ ਵੇਲੇ ਤਨਖਾਹੀਆਂ ਕੀਤੇ ਹੋਏ, ਉਹਨਾਂ ਨੂੰ ਤਾਂ ਨਹੀਂ ਬੁਲਾਏ, ਜੇ ਤਨਖਾਹੀਆਂ ਨਾ ਆਉਂਦੇ ਸੀ ਜ਼ਰੂਰ ਲੈ ਕੇ ਆਉਂਦੇ। ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਦਾ 100 ਸਾਲਾ ਜਨਮ ਜਿਹੜਾ ਹੈ ਸ਼ਤਾਬਦੀ ਮਨਾ ਰਹੇ ਹਾਂ ਅਸੀਂ, ਅਤੇ ਅੱਜ ਉਹਨਾਂ ਵਰਗੇ ਲੀਡਰਾਂ ਦੀ ਕੌਮ ਨੂੰ ਬਹੁਤ ਵੱਡੀ ਲੋੜ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇ ਦੌਰ ਵਿੱਚੋਂ ਲੰਘ ਰਿਹਾ, ਮੈਂ ਸਮਝਦਾ ਐਸੀਆਂ ਸ਼ਖਸੀਅਤਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ, ਉਹਨਾਂ ਤੋਂ ਸਿੱਖਣ ਦੀ ਲੋੜ ਹੈ। ਜਿਹਾ ਜਿਹਾ ਨਿਸ਼ਕਾਮ ਜੀਵਨ ਉਹਨਾਂ ਨੇ ਬਤੀਤ ਕੀਤਾ, ਜੇ ਅੱਜ ਦੀ ਲੀਡਰਸ਼ਿਪ ਅਸੀਂ ਉਹਨਾਂ ਤੋਂ ਸਿੱਖ ਕੇ ਕੁਛ ਨਾ ਕੁਛ ਆਪਣੇ ਜੀਵਨ ਦੇ ਵਿੱਚ ਇਹ ਸਾਰਾ ਕੁਛ ਅਪਣਾ ਲਈਏ, ਉਹਨਾਂ ਤੋਂ ਕੁਛ ਨਾ ਕੁਛ ਪ੍ਰਾਪਤ ਕਰੀਏ ਉਹਨਾਂ ਦੇ ਜੀਵਨ ਤੋਂ, ਤਾਂ ਅਕਾਲੀ ਦਲ ਨੂੰ ਮੁੜ ਸੁਰਜੀਤੀ ਵੱਲ ਲਿਜਾਇਆ ਜਾ ਸਕਦਾ। ਸਿਰਫ ਅੱਜ ਸਮੇਂ ਦੀ ਲੋੜ ਹੈ ਵੀ ਪੰਥਕ ਸਿਧਾਂਤਾਂ 'ਤੇ ਪਹਿਰਾ ਦਿੱਤਾ ਜਾਵੇ ਅਤੇ ਟੌੜਾ ਸਾਹਿਬ ਦੀ ਸੋਚ 'ਤੇ ਪਹਿਰਾ ਦਿੱਤਾ ਜਾਵੇ। ਅਕਾਲੀ ਦਲ ਨੂੰ ਇਕੱਠਾ ਕਰ ਗੱਲ ਹੈ ਵੀ ਅਕਾਲੀ ਦਲ ਇਕੱਠਾ ਹੋਣਾ ਤਾਂ ਹਰ ਕੋਈ ਚਾਹੁੰਦਾ ਹੈਗਾ, ਜਿਹੜਾ ਵੀ ਕੋਈ ਪੰਥਕ ਸੋਚ ਵਾਲਾ ਚਾਹੁੰਦਾ ਵੀ ਅਕਾਲੀ ਦਲ ਇਕੱਠਾ ਹੋਵੇ ਅਸੀਂ, ਪਰ ਗੱਲ ਇਹ ਹੈ ਵੀ ਲੀਡਰਸ਼ਿਪ ਅਗਵਾਈ ਐਸਾ ਵਿਅਕਤੀ ਕਰੇ ਜਿਹਦੇ 'ਤੇ ਕੌਮ ਭਰੋਸਾ ਕਰ ਸਕੇ, ਜਿਹਦੀਆਂ ਸੇਵਾਵਾਂ ਕੌਮ ਲਈ ਪਿਛਲੇ ਸਮੇਂ ਦੇ ਵਿੱਚ ਇੱਕ ਲਾਮਿਸਾਲ ਰਹੀਆਂ ਹੋਣ। ਸੋ ਐਸੇ ਕੋਈ ਸ਼ਖਸੀਅਤ ਜਿਹੜਾ ਹੈ ਅੱਗੇ ਲਿਆਉਣ ਦੀ ਲੋੜ ਹੈ, ਲੱਭਣ ਦੀ ਲੋੜ ਹੈ। ਜੇ ਪ੍ਰਧਾਨ ਬਦਲਦੇ ਨੇ ਕੀ ਅਕਾਲੀ ਦਲ ਇਕੱਠਾ ਹੋ ਸਕਦਾ? ਬਿਲਕੁਲ ਹੋ ਸਕਦਾ, ਬਿਲਕੁਲ ਹੋ ਸਕਦਾ। ਐਸੀ ਸੰਸਥਾ ਪੰਜਾਬ ਦੀ, ਹਿੰਦੁਸਤਾਨ ਦੀ ਨਹੀਂ ਰਹੀ ਜਿਨ੍ਹਾਂ ਦਾ ਪ੍ਰਧਾਨ ਨਾ ਟੌੜਾ ਸਾਹਿਬ ਰਿਹਾ। ਬਹੁਤ ਲੋਕਾਂ ਨੂੰ ਜਾਣਕਾਰੀ ਨਹੀਂ, ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਦੇ ਵੀ 13 ਸਾਲ ਪ੍ਰਧਾਨ ਰਹੇ ਨੇ। ਇਹ ਕਿਸੇ ਨੂੰ ਚੇਤਾ ਵੀ ਨਹੀਂ। ਔਰ ਜਿੰਨੇ ਗੁਰੂ ਸਾਹਿਬਾਨ ਦੇ ਗੁਰਦੁਆਰੇ ਨੇ, ਜਿੰਨੀ ਸਿੰਘ ਸਭਾਵਾਂ ਨੇ, ਜਿੰਨੀਆਂ ਸੰਸਥਾਵਾਂ ਨੇ, ਸਾਰਿਆਂ ਨੂੰ ਨਾਲ ਲੈ ਕੇ, ਸਾਰੇ ਦੇ ਹਿੰਦੁਸਤਾਨ ਦੀਆਂ ਸਟੇਟਾਂ ਨੂੰ ਨਾਲ ਲੈ ਕੇ ਹਮੇਸ਼ਾ ਹੀ ਟੌੜਾ ਸਾਹਿਬ ਮੂਰਲੀ ਕਤਾਰ 'ਚ ਖੜ੍ਹਦੇ ਆਦਮੀ ਹੈ। ਟੌੜਾ ਸਾਹਿਬ ਅਕਾਲੀ ਅਤੇ ਅਕਾਲੀ ਦਾ ਰੋਲ ਮਾਡਲ ਸੀ, ਤਿਆਗ ਦੀ ਮੂਰਤ ਸੀ, ਸਮੁੱਚਾ ਜੀਵਨ ਪਾਉਂਦੇ ਲੇਖੇ ਲਾਇਆ। ਔਰ ਅੱਜ ਦੇ ਜਿਹੜੇ ਸਾਡੀ ਸਮੇਂ ਦੀ ਪੀੜ੍ਹੀ ਹੈ, ਇੱਕ ਉਹਦਾ ਰੋਲ ਮਾਡਲ ਸੀ ਵੀ ਸੇਵਾ ਕਰੋਗੇ ਅਤੇ ਨਾਮ ਕਮਾਓਗੇ। ਇਹ ਸੇਵਾ ਹੀ ਨਾਲ ਜਾਂਦੀ ਹੈ ਕੀਤੀ ਹੋਈ ਸੰਗਤ ਦੀ। ਜਿੰਨਾ ਵੱਡਾ ਹੜ ਅੱਜ ਸੰਗਤ ਹੈ ਇੱਥੇ ਪਹੁੰਚਿਆ, ਜਿਸ ਤਰ੍ਹਾਂ ਸਮੁੱਚੇ ਪੰਜਾਬ ਦੀ ਨਹੀਂ, ਮੈਂ ਕਹਿੰਦਾ ਵੀ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਟੌੜਾ ਸਾਹਿਬ ਨੂੰ ਪਿਆਰ ਕਰਨ ਵਾਲੇ ਪਹੁੰਚੇ ਨੇ। ਸਾਨੂੰ ਇਸ ਗੱਲ ਦਾ ਸਕੂਨ ਹੈ, ਤਸੱਲੀ ਹੈ ਵੀ ਪੰਥ ਚੜ੍ਹਦੀ ਕਲਾ 'ਚ ਰਹੂਗਾ, ਜਿਹੜੀ ਪੰਥਕ ਸੋਚ ਹੈ ਉਹ ਵੀ ਚੜ੍ਹਦੀ ਕਲਾ 'ਚ ਰਹੂ। ਜਿਹੜੇ ਸੱਜਣ ਪੰਥ ਦੀ ਸੋਚ ਤੱਕ ਤੁਰਨਗੇ, ਉਹ ਗੁਰਪੰਥ ਉਹਨਾਂ ਦਾ ਸਾਥ ਦਊਗਾ।